ਹੁਣ ਵਿੱਚ ਸ਼ਾਮ ਕਿਉਂ ਪਾ ਦਿੱਤੀ? ਸਤਿਗੁਰ ਪੀਰ ਨੇ ਕਿਹਾ ਕਿ ਮੈਂ ਇੱਕ ਅਜਿਹਾ ਨਜ਼ਾਰਾ ਦੇਖਿਆ ਸੀ ਜਿਸ ਨੇ ਉਸਦਾ ਸਾਰਾ ਧਿਆਨ ਮਲਿਆ ਹੋਇਆ ਸੀ। ਬਾਦਸ਼ਾਹ ਕਹਿਣ ਲੱਗਾ, ਉਹ ਕਿਹੜਾ ਨਜ਼ਾਰਾ ਸੀ ਜਿਸ ਕਾਰਨ ਬਾਦਸ਼ਾਹ ਦੀ ਹੁਕਮ ਦੁਲੀ ਕੀਤੀ ਜਾਣੀ ਉਚਿਤ ਮੰਨੀ ਜਾਏ? ਸਤਿਗੁਰ ਪੀਰ ਕਹਿਣ ਲੱਗੇ ਕਿ ਮੈਂ ਇੱਕ ਊਠਾਂ ਦੀ ਕਤਾਰ ਵੇਖੀ ਜੋ ਕਿ ਸੂਹੀ ਦੇ ਨੱਕੇ ਤੋਂ ਵੀ ਭੀੜੀ ਗਲੀ ਵਿਚੋਂ ਲੰਘ ਰਹੇ ਸਨ। ਬਾਦਸ਼ਾਹ ਕਹਿਣ ਲੱਗਾ, ਤੁਸੀਂ ਝੂਠ ਬੋਲ ਰਿਹਾ ਹੈ। ਸਤਿਗੁਰ ਕਬੀਰ ਬੋਲੇ, ਬਾਦਸ਼ਾਹ ਜਰਾ ਸੋਚ ਕੇ ਸਵਰਗ ਤੇ ਧਰਤੀ ਵਿਚ ਕਿੰਨਾ ਵੱਡਾ ਫਾਸਲਾ ਹੈ। ਅਣਗਿਣਤ ਹਾਥੀ ਊਠ ਇਸ ਵਿਚੋਂ ਲੰਘੇ ਜਾ ਸਕਦੇ ਹਨ ਜੋ ਚੰਦ ਅਤੇ ਸੂਰਜ ਵਿਚਕਾਰ ਹੈ, ਅਤੇ ਇਹ ਸਭ ਅੱਖ ਦੇ ਆਨੇ ਵਿਚੋਂ ਵੀ ਦੇਖੇ ਜਾ ਸਕਦੇ ਹਨ। ਜੋ ਕਿ ਸੂਰਜ ਦੇ ਨੱਕੇ ਨਾਲ ਵੀ ਪੀੜਾ ਹੈ, ਇਸ ਨਾਲ ਬਾਦਸ਼ਾਹ ਦੀ ਤਸੱਲੀ ਹੋ ਗਈ ਤੇ ਸਤਿਗੁਰੂ ਕਬੀਰ ਨੂੰ ਰਿਹਾ ਕਰ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਸਤਿਗੁਰੂ ਦੋ ਵਾਰ ਪਹਿਲਾਂ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੱਚੇ ਪਾਤਸ਼ਾਹ ਨੂੰ ਜੰਜੀਰਾਂ ਵਿਚ ਜਕੜ ਕੇ ਗੰਗਾ ਤੇ ਬੇੜੀ ਵਿਚ ਬਹਾ ਦਿੱਤਾ ਸੀ। ਇਸ ਵਿਚ ਪੱਥਰ ਰੱਖੇ ਸਨ, ਉਹ ਬੇੜੀ ਡੁੱਬ ਗਈ ਪਰ ਸਤਿਗੁਰੂ ਕਬੀਰ ਬਚ ਰਹੇ। ਜਿਵੇਂ ਇਹ ਸਤਿਗੁਰੂ ਵਿਆਖਿਆਨ ਕਰਦੇ ਹਨ, ਰੰਗ ਸਾਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖੜੇ ਕਬੀਰ, ਜੰਜੀਰ ਬਾਂਧ ਕਰ ਖੜੇ ਕਬੀਰ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਸਿਉ ਚਰਨ ਕਮਲ ਚਿਤਰੇ ਹੋ ਸਮਾਏ। ਪ੍ਰਭਾਵ, ਗੰਗਾ ਕੀ ਲਹਿਰ ਮੇਰੀ ਟੁੱਟੀ, ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ, ਰਹਿ ਕੰਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਇਹ ਵਿਰੋਧੀ ਲੋਕ ਮੈਨੂੰ ਕਬੀਰ ਨੂੰ ਜੰਜੀਰਾਂ ਨਾਲ ਬੰਨ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ ਡੋਬਣ ਲਈ ਲੈ ਆਏ, ਉਸ ਗੰਗਾ ਵਿਚ ਲਾਇਆ ਜਿਸ ਨੂੰ ਇਹ ਮਾਤਾ ਆਖਦੀਆਂ। ਉਸ ਮਾਤਾ ਤੋਂ ਜਾਨੋ ਮਰਵਾਉਣ ਦਾ ਅਪਰਾਧ ਕਰਾਉਣ ਲੱਗੇ, ਪਰ ਡੁੱਬਣ ਦੇ ਥਾਂ ਗੰਗਾ ਦੀਆਂ ਲਹਿਰਾਂ ਵਿਚ ਮੇਰੀ ਜੰਜੀਰ ਟੁੱਟ ਗਈ। ਮੈਂ ਕਬੀਰ ਉਸ ਜਲ ਥਲ ਉੱਤੇ ਇਉਂ ਤਾਂ ਲੰਘ ਪਿਆ ਜਿਵੇਂ ਮਿਰਗਸ਼ਾਲਾ ਉੱਤੇ ਬੈਠਾ ਹੋਇਆ। ਸਤਿਗੁਰੂ ਆਖਦੇ ਹਨ, ਤੁਹਾਡੇ ਮਿੱਥੇ ਹੋਏ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਨਹੀਂ ਹੋ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਪਾਣੀ ਤੇ ਧਰਤੀ ਹਾਥਾਂ ਇੱਕ, ਪਰਮਾਤਮਾ ਹੀ ਰੱਖਣ ਯੋਗ ਹੈ। ਸਤਿਗੁਰੂ ਕਬੀਰ ਜੀ ਨੂੰ ਦੋ ਵਾਰ ਇਸ ਇਮਤਿਹਾਨ ਵਿਚੋਂ ਗੁਜਰਨਾ ਪਿਆ ਤੇ ਇਹ ਆਖਿਰ ਆਤਮਾ ਨੂੰ ਮੂੰਹ ਦਿਖਾਣੀ ਪਈ। ਨਾਨਕ ਬਾਣੀ ਫਰਮਾਉਂਦੀ ਹੈ, ਜੋ ਤੁਧ ਸੇਵੇ ਸੇ ਤੁਧ ਹੀ ਜੇਹੇ, ਨਿਰਭਉ ਵਾਸ ਖਾਈ ਹੈ, ਆਪੇ ਸੁਰਗ ਮਛ ਪਿਆਲਾ, ਆਪੇ ਜੋਤ ਸਰੂਪੀ ਵਾਲਾ। ਇਸੇ ਪ੍ਰਸੰਗ ਦੇ ਅਨੁਸਾਰ ਸਤਿਗੁਰੂ ਕਬੀਰ ਜੀ ਦਾ ਹੋਰ ਵੀ ਸ਼ਬਦ ਹੈ ਰਾਗ ਗਾਉਣ ਵਿਚ। ਗੁਆਣ ਮਾਣੇ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਦੂਜਾ, ਉਹ ਜਾਂ ਬਾਂਦ ਲਾਕਰ ਡਾਰਿਓ, ਹਸਤੀ ਕੋਪ ਮੋਂਡ ਮੈਂ ਮਾਰਿਓ, ਹਸਤੀ ਭਾਗ ਕੇ ਚੀਸਾ ਮਾਰੇ, ਇਹ ਮੁਰਤ ਕੈ ਹੋਮ ਲਿਹਾਰੇ, ਆ ਮੇਰੂ ਠਾਕ ਤੁਮਰਾ ਜੋਰ, ਕਾਜੀ ਮੈਂ ਕਹਿਵੋ ਹਸਤੀ ਤੋਰ ਰਹਾਓ, ਰੇ ਮੁਹਾਰ ਕੁਝ ਦਾਰੋ ਕਾਟ, ਇਸੇ ਤੁਰਾਵੋ ਕਾਲੋ ਸਾਟ, ਆਸਨਾ ਤੋਰੇ ਤਰੇ ਧਿਆਨ, ਵਾਕੇ ਰਿਦੇ ਵਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧੇ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੁੱਝੀ ਨਹੀਂ ਕਾਜੀ ਅੰਧਿਆਰੇ, ਤੀਨ ਵਾਰ ਪਤੀਆ ਭਰਲੀਨਾ, ਮਨ ਕਠੋਰ ਅਜਨੇ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਨੇ ਜਨਕੀ ਦਿਨ। ਮੇਰੀਆਂ ਬਾਹਾਂ ਬਣ ਕੇ ਟੀਮ ਵਾਂਗ ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ ਸੁੱਟ ਦਿੱਤਾ। ਹਾਥੀ ਡਰਾਈਵਰ ਨੇ ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ ਸੱਟ ਮਾਰੀ, ਪਰ ਹਾਥੀ ਮੈਨੂੰ ਪੈਰਾਂ ਹੇਠ ਰਤਾੜਨ ਦੀ ਥਾਂ ਚੀਕਾਂ ਮਾਰ ਕੇ ਹੋਰ ਪਾਸੇ ਭਜਦਾ ਹੈ, ਆਖਦਾ ਹੈ ਮੈਂ ਸਭ ਕਿਹਾ ਇਸ ਸੋਹਣੇ ਬੰਦੇ ਤੋਂ। ਕਾਜੀ ਆਖਦਾ ਹੈ ਡਰਾਈਵਰ ਨੂੰ, ਚਾਲਕ ਨੂੰ, ਕਿ ਹਾਥੀ ਨੂੰ ਸੱਟ ਮਾਰ ਤੇ ਕਬੀਰ ਵੱਲ ਤੋਰ, ਨਹੀਂ ਤਾਂ ਮੈਂ ਤੇਰਾ ਸਿਰ ਉਤਾਰ ਦੇਵਾਂਗਾ। ਸਤਿਗੁਰੂ ਕਬੀਰ ਕਹਿੰਦੇ, ਡਰਾਈਵਰ ਤੋਂ ਹਾਥੀ ਤੋਰਦਾ ਨਹੀਂ, ਉਹ ਤਾਂ ਇਉਂ ਹੈ ਜਿਸ ਤਰ੍ਹਾਂ ਇਹ ਪ੍ਰਭੂ ਚਰਨਾਂ ਵਿਚ ਮਸਤ ਹੈ, ਉਸਦੇ ਹਿਰਦੇ ਵਿਚ ਪਰਮਾਤਮਾ ਪ੍ਰਗਟ ਹੋ ਕੇ ਵਸ ਰਿਹਾ ਹੈ। ਸਤਿਗੁਰੂ ਆਪਣੀ ਅੰਦਰਲੀ ਤਸਵੀਰ ਬਿਆਨ ਕਰ ਰਹੇ ਹਨ। ਮੇਰੀ ਪੋਟਲੀ ਬੰਨ ਕੇ ਇਹਨਾਂ ਨੇ ਮੈਨੂੰ ਹਾਥੀ ਅੱਗੇ ਸੁੱਟ ਦਿੱਤਾ। ਸਤਿਗੁਰੂ ਕਹਿੰਦੇ, ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀ ਵਿਗਾੜ ਦਿੱਤਾ ਸੀ? ਵਿਖਾਰੀ ਨੂੰ ਸ਼ਰਾ ਦੇ ਹਨੇਰੇ ਵਿਚ ਇਹ ਸਮਝ ਹੀ ਨਹੀਂ ਆਏ ਕਿ ਉਧਰ ਹਾਥੀ ਮੇਰੇ ਸਰੀਰ ਦੀ ਬਣੀ ਪੋਟਲੀ ਨੂੰ ਮੁੜ ਮੁੜ ਕੇ ਸਿਰ ਨੀਵਾ ਨਵਾ ਰਿਹਾ ਹੈ।
ਖਾਜੀ ਨੂੰ ਹਾਥੀ ਉੱਤੇ ਮੇਰੇ ਖਾਜੀ ਨੇ ਹਾਥੀ ਨੇ ਮੇਰੇ ਉੱਤੇ ਚਾੜ ਚਾੜ ਕੇ ਤਿੰਨ ਵਾਰੀ ਪਰਤਾ ਲਿਆ, ਪਰ ਉਸਦੀ ਫਿਰ ਵੀ ਤਸੱਲੀ ਨਾ ਹੋਈ ਕਿਉਂਕਿ ਮੇਰਾ ਮਨ ਦਾ ਕਠੋਰ ਸੀ। ਸਤਿਗੁਰੂ ਆਖਦੇ ਹਨ ਖਾਜੀ ਨੂੰ ਇਹ ਸਮਝ ਨਾ ਆਇਆ ਕਿ ਸਾਡਾ ਪ੍ਰਭੂ ਦੇ ਸਿਰ ਤੋਂ ਰਾਖਾ ਹੈ, ਪਰਮਾਤਮਾ ਹੈ, ਉਹਦੇ ਦਾਸਾਂ ਨੇ ਜਿੰਨ ਜਾਣ ਸਦਾ ਪ੍ਰਭੂ ਦੇ ਚਰਨਾਂ ਵਿਚ ਟਿੱਕੀ ਰਹਿੰਦੇ। ਇਸ ਵਾਸਤੇ ਕੋਈ ਡਰ ਨਹੀਂ, ਕੋਈ ਡੁੱਕੜ ਨਹੀਂ, ਕੋਈ ਧਮਕਾ ਨਹੀਂ ਸਕਦਾ। ਸਤਿਗੁਰੂ ਕਬੀਰ ਜੀ ਸਿਮਰਨ ਕਰਨ ਵਾਲਿਆਂ ਦੀ ਸੁਰ ਸਦਾ ਪ੍ਰਭੂ ਵਿਚ ਰਹਿੰਦੀ, ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਨਹੀਂ ਸਕਦਾ। ਕਿਵੇਂ ਸਭ ਸਤਿਗੁਰੂ ਅਰਦਾਸ ਜੀ ਹੋ ਇਸ ਦੀ ਪੁਸ਼ਟੀ ਕਰਦੇ। ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਖਾਟੇ ਕਲ, ਨਿਮਤ ਨਾਮ ਦੇ ਦੁੱਧ ਪਿਆ ਕੋ ਜਗ ਜਨਮ ਸੰਕਟ ਪਿਆ। ਨਾ ਸਤਿਗੁਰੂ ਕਬੀਰ ਨੂੰ ਸੰਕਟਾ, ਨਾ ਸਤਿਗੁਰੂ ਨਾਮ ਦੇਵ ਨੂੰ ਸੰਕਟਾ, ਨਾ ਸਤਿਗੁਰੂ ਅਰਦਾਸ ਜੀ ਨੂੰ ਸੰਕਟਾ। ਸਤਿਗੁਰੂ ਦੇ ਪੈਰੀ ਦੇ ਚਾਰ ਵਰਨ ਪੈਂਦੇ ਸਨ। ਸਭ ਸਤਿਗੁਰੂ ਕਬੀਰ ਜੀ, ਸਭ ਸਤਿਗੁਰੂ ਅਰਦਾਸ ਜੀ, ਸਾਰੀ ਉਮਰੀ ਇਹਨਾਂ ਪਖੰਡੀ ਤੇ ਖਤਾਰੀ ਲੋਕਾਂ ਦਾ ਕਰਮ ਕਾਂਡ ਆਦਿਕ ਨੂੰ ਵਿਅਸਤ ਸਮਝ ਰਹੇ। ਬਨਾਰਸ ਵਿਚ ਜਿੱਥੇ ਹਿੰਦੂਆਂ ਦਾ ਗੜ ਰਹਿੰਦੇ ਹੋਏ ਵੀ ਇਹਨਾਂ ਲੋਕਾਂ ਤੋਂ ਡਰੇ ਨਹੀਂ ਸਨ। ਜਿਜਾ ਦੇ ਲੋਕ ਸਤਿਗੁਰਾਂ ਦੇ ਵਿਰੋਧੀ ਬਣ ਗਏ ਸਨ, ਇਹਨਾਂ ਧਰਮ ਵਪਾਰ ਖਤਮ ਹੁੰਦਾ ਨਜ਼ਰ ਆਵੇ, ਜਦਕਿ ਉਹ ਖੁਦ ਹਕੂਮਤਾਂ ਦੇ ਮਾਲਕ ਹੋ। ਸਮੇਂ ਦੇ ਹਾਕਮਾਂ ਨੇ ਸਤਿਗੁਰੂ ਕਬੀਰ ਨੂੰ ਸੰਕਟ ਵਿਚ ਪਾਇਆ, ਪਰ ਕਾਮਯਾਬ ਨਾ ਹੋ ਸਕੇ। ਸਮੇਂ ਦੇ ਹਾਕਮ ਹਮੇਸ਼ਾ ਆਪਣੀ ਸੁਲਤਾਨਤ ਨੂੰ ਕਾਇਮ ਰੱਖਣ ਲਈ ਆਪਣੇ ਸਲਾਹਕਾਰਾਂ ਦੇ ਗਲਤ ਸੁਝਾਅ ਮੰਨ ਲੈਂਦੇ ਹਨ ਅਤੇ ਬ੍ਰਹਮ ਵਿਚਾਰ ਦੇਣ ਵਾਲਿਆਂ ਨੂੰ ਇਮਤਿਹਾਨ ਵਿਚ ਪਾ ਕੇ ਅਜਮਾਇਸ਼ ਵੀ ਕਰਦੇ ਆ ਰਹੇ ਹਨ, ਕਿਉਂਕਿ ਸੱਚੇ ਸਾਹਿਬ ਸਤਿਗੁਰੂ ਕਬੀਰ ਹਰੀ ਹੀਰੇ ਦੇ ਗੁਣਾਂ ਦੀ ਪਛਾਣ ਕਰਵਾ ਰਹੇ ਹਨ। ਦੁਨਿਆਵੀ ਲੋਕ ਰਾਜੇ ਅਕਥ ਕਥਾ ਸੁਣਨ ਵਾਲੇ ਤਿਆਰੀ ਨਹੀਂ ਸਨ, ਉਹਨਾਂ ਨੂੰ ਆਪਣੇ ਰਾਜ ਦੀ ਬੜੀ ਭਾਰੀ ਚਿੰਤਾ ਸੀ। ਲੋਕਾਂ ਨੂੰ ਗੁਮਰਾਹ ਕਰਕੇ ਹੀ ਤਾਂ ਰਾਜ ਭਾਗ ਚਲਾ ਰਹੇ ਸਨ। ਲੋਕਾਂ ਦਾ ਧਿਆਨ ਉਧਰ ਲਾ ਦਿੱਤਾ ਗਿਆ ਜੋ ਹੈ ਨਹੀਂ, ਜੋ ਨਾਮੁਮਕਿਨ ਹੈ ਉਹ ਕਿਵੇਂ ਹੋ ਸਕਦਾ ਹੈ, ਜੋ ਨਾਮੁਮਕਿਨ ਹੈ ਉਹ ਕਿਵੇਂ ਹੋ ਸਕਦਾ ਹੈ। ਜਿਵੇਂ ਮੁੱਲਾ ਕਾਜੀ ਪੰਡਿਤ ਭਾਈ ਸਮਾਜ ਨੂੰ ਸਿੱਖਿਆ ਦੇ ਰਹੇ ਹਨ, ਉਹ ਸੱਚ ਦੀ ਗੱਲ ਤਾਂ ਜਾਣਦੇ ਹੀ ਨਹੀਂ, ਬਸ ਇੱਕ ਦੇਖਾ ਦੇਖੀ ਨਕਲ ਕਰ ਰਹੇ ਸਨ। ਸਤਿਨਾਥ ਸਵਾਮੀ ਸਰਬ ਬਣ ਬੈਠੇ ਸਨ ਜੋ ਉਹਨਾਂ ਨੇ ਆਪਣੇ ਤੋਂ ਪਹਿਲਾਂ ਹੋਏ ਕਾਜੀ ਮੁੱਲਾ ਪੰਡਿਤ ਤੋਂ ਸਿੱਖੀ ਸੀ ਸਿੱਖਿਆ। ਸਾਹਿਬ ਨੂੰ ਲਾਲਚ ਦਿੱਤਾ ਕਿ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਅਤੇ ਤੈਨੂੰ ਪੀਰ ਬਣਾ ਕੇ ਪੂਜਿਆ ਜਾਵੇਗਾ ਅਗਰ ਤੂੰ ਸਲਾਮ ਕਬੂਲ ਕਰੇ, ਵਰਨਾ ਤੇਰੀ ਮਾਤਾ ਗੰਗਾ ਕੋਲ ਭੇਜ ਦਿੱਤਾ ਜਾਵੇਗਾ। ਆਪਰ ਸਤਿਗੁਰੂ ਕਬੀਰ ਨੂੰ ਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਪਾਹੀਆਂ ਨੇ ਜੰਜੀਰਾਂ ਵਿਚ ਜਕੜ ਕੇ ਸਭ ਸੱਚੇ ਪਾਤਸ਼ਾਹ ਨੇ ਬੇੜੀ ਵਿਚ ਪਾ ਕੇ ਤੇ ਤੇਜ ਬਹਾਵ ਵੱਲ ਭੇਜ ਦਿੱਤਾ ਗੰਗਾ ਵਿਚ। ਪਰ ਇਹ ਜੋ ਹੋ ਨਹੀਂ ਸਕਿਆ ਜੋ ਕਾਜੀ ਤੇ ਹਾਕਮ ਨੇ ਚਾਹਿਆ ਸੀ, ਕੌਣ ਖਤਮ ਕਰ ਸਕਦਾ ਹੈ ਆਪਣੇ ਆਪ ਨੂੰ? ਪੰਜ ਸੱਤ ਮਿਲ ਕੇ ਇਕੱਠੇ ਹੋ ਗਏ, ਗੰਗਾ ਦਾ ਸਵੱਛ, ਗੰਗਾ ਦਾ ਸਵੱਛ ਜਲ, ਗੰਗਾ ਦਾ ਸਵੱਛ ਜਲ ਜੋਤ ਦਾ ਵੀ ਹਿੱਸਾ ਹੈ, ਆਪਣੇ ਅਸਲੇ ਦੀ ਕਰਨਾ ਕਰ ਸਕਿਆ ਕਿਉਂਕਿ ਉੱਥੇ ਨਾਲ ਅੱਗ ਵੀ ਸੀ, ਲੋਹਾ ਵੀ ਸੀ, ਲੱਕੜੀ ਵੀ ਸੀ, ਆਕਾਸ਼ ਵੀ, ਆਕਾਸ਼ ਦਾ ਆਕਾਸ਼ ਨਾਲ ਮਿਲਣ ਸਾਰੇ ਰਲ ਗਏ, ਸਾਰੇ ਰਲ ਕੇ ਇੱਕ ਹੋ ਗਏ। ਸਤਿਗੁਰੂ ਇਹੀ ਤਾਂ ਸਮਝਾ ਰਹੇ ਹਨ ਕਿ ਅਸਲ ਬ੍ਰਹਮ ਵਿਚਾਰ ਕੀ ਹੈ। ਸਰੀਰ ਦੇ ਨੌ ਸ਼ਰਾਖ ਹਨ ਜੋ ਇਹਨਾਂ ਨੇ ਮਿਲ ਕੇ ਆਪਣਾ ਕਾਰਜ ਪੂਰਿਆ। ਇਹ ਨੌ ਸ਼ਰਾਖ ਕਿਹੜੇ ਸਨ? ਦੋ ਅੱਖਾਂ, ਦੋ ਕੰਨ, ਦੋ ਨੱਕ, ਨਾਲੀਆਂ, ਨਾਸਾਂ, ਮੂੰਹ, ਲਿੰਗ ਤੇ ਗੁਦਾ, ਇਹ ਸਾਰੇ ਸ਼ਰਾਖ ਹਨ। ਸਤਿਗੁਰੂ ਨੇ ਇਹਨਾਂ ਦੇ ਪੂਰਨ ਕੰਟਰੋਲ ਹੋਣ ਕਾਰਨ ਸਾਰੇ ਸ਼ਰਾਖ ਆਪਸ ਵਿਚ ਮਿਲ ਰਿਹਾ, ਪਰ ਜਲ ਥਲ ਆਪੇ ਆਪ ਹੈ, ਆਪ ਆਪ ਨੂੰ ਕਿਵੇਂ ਮਾਰੇਗਾ? ਸਤਿਗੁਰੂ ਕਬੀਰ ਇੱਕ ਲੜਕੇ ਦੇ ਰੂਪ ਵਿਚ ਮੁੰਡੇ ਦੀ ਤਹਿ ਉਪਰ ਪ੍ਰਗਟ ਹੋਏ, ਚੀਤੇ ਦੀ ਖਾਲ ਉਪਰ ਤੈ ਰਿਹਾ ਸੀ। ਉਹਨਾਂ ਨੂੰ ਫਿਰ ਪਕੜਿਆ ਗਿਆ ਅਤੇ ਕ੍ਰੋਧੀ ਹਾਥੀ ਨੂੰ ਸ਼ਰਾਬ ਪਿਆ ਕੇ ਅੱਗੇ ਸੁੱਟਿਆ ਗਿਆ ਹਾਥੀ ਕਿ ਉਹਨੂੰ ਕਰੋਲੇ। ਪਰ ਸਤਿਗੁਰੂ ਆਪ ਪਰਮਾਤਮਾ ਸਨ, ਪਰ ਸਤਿਗੁਰੂ ਆਪ ਪਰਮਾਤਮਾ ਸਨ, ਕੌਣ ਉਹਨਾਂ ਨੂੰ ਹਾਨੀ ਪਹੁੰਚਾ ਸਕਦਾ ਸੀ? ਕੋਈ ਵੀ ਨਹੀਂ। ਨਾਨਕ ਬਾਣੀ ਧਿਆਨ ਕਰ ਰਹੀ ਹੈ, ਈਤ ਉਤ ਰਾਖੇ ਦੀਨ ਦਿਆਲਾ, ਤੋ ਸਰਣਾਗਤ, ਤੋ ਸਰਣਾਗਤ ਨਦਰ ਨਿਹਾਲਾ। ਜਾ ਦੇਖੋ ਜਾ ਦੇਖੋ ਰਵ ਰਹੇ ਰਖ ਰੱਖਣ ਹਾਰਾ, ਤੂੰ ਦਾਤਾ ਭੁਗਤਾ ਤੂੰ ਪੁਰਾਣਾ ਦਾਰਾ। ਕਿਵੇਂ ਨਿਰਗੁਣ